ਕੀ ਪੁੱਛਦੇ ਹੋ ਹਾਲ ਪੰਜਾਬ ਦਾ, ਉਹ ਸ਼ਰਫ ਤੇ ਸੁਰਖ ਗੁਲਾਬ ਦਾ, ਉਸ ਅੱਧ ਚੋਂ ਟੁੱਟੇ ਗੀਤ ਦਾ, ਉਸ ਵਿਛੜੀ ਹੋਈ ਰਬਾਬ ਦਾ। ਉੱਥੇ ਕੁੱਖਾਂ ਹੋਈਆਂ ਕੱਚ ਦੀਆਂ, ਉੱਥੇ ਬੱਚੀਆਂ ਮੁਸ਼ਕਲ ਬਚਦੀਆਂ, ਜੋ ਬਚਣੇ ਉਹ ਅੱਗ ਵਿੱਚ ਮੱਚਦੀਆਂ, ਜਿਉਂ ਟੁਕੜਾ ਹੋਏ ਕਬਾਬ ਦਾ। ਕੀ ਪੁੱਛਦੇ ਹੋ ਹਾਲ ਪੰਜਾਬ ਦਾ, ਕੀ ਪੁੱਛਦੇ ਹੋ ਹਾਲ ਪੰਜਾਬ ਦਾ। ਡਾਕਟਰ ਸੁਰਜੀਤ ਪਾਤਰ ਸਾਹਿਬ ਦੀਆਂ ਲਿਖੀਆਂ ਇਹਨਾਂ ਸਤਰਾਂ ਦੇ ਨਾਲ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਹੀ ਹਾਰਦਿਕ ਅਤੇ ਨਿੱਘਾ ਸਵਾਗਤ ਹੈ। ਅਤੇ ਪਾਤਰ ਸਾਹਿਬ ਦੀਆਂ ਇਹਨਾਂ ਸਤਰਾਂ ਵਰਗਾ ਇੱਕ ਗੀਤ ਲੈ ਕੇ ਹਾਜ਼ਰ ਹੈ ਕਰਮਜੀਤ ਅਨਮੋਲ, ਜੋ ਪੰਜਾਬ ਦੇ ਅੱਜ ਦੇ ਹਾਲਾਤਾਂ ਦੀ ਬਾਤ ਪਾਉਂਦਾ ਹੈ। ਕੋਈ ਲੈ ਸਕਦਾ ਤਾਂ ਲੈ ਲਓ, ਮੇਰਾ ਪਿੰਡ ਵਿਕਾਊ ਹੈ। ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰਿਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780-233-3100 ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। Fancy Doors and Moldings ਤੋਂ residential interior and exterior doors, bifolds, crown moldings, baseboards ਤੇ casing ਦੇ ਨਾਲ ਨਾਲ ਹਰ ਕਿਸਮ ਦੀਆਂ accessories ਤੇ locks ਵੀ ਲੈ ਸਕਦੇ ਹੋ। At Fancy Doors and Moldings, we have worked on a vast variety of projects throughout Alberta, from condos, residential high-rises, homes, and many commercial projects. Our experienced team here at Fancy Doors and Moldings would like to assist you on your next project. Fancy Doors and Moldings, 4421 Roper Road, 7804327700। ਸੰਦੀਪ ਫਰਨੀਚਰ ਐਡਮੰਟਨ ਵਿੱਚ 1993 ਤੋਂ ਕਮਿਊਨਿਟੀ ਨੂੰ ਸਰਵ ਕਰ ਰਹੇ ਹਨ। ਕਸਟਮਰ ਸਰਵਿਸ ਅਤੇ ਫਰਨੀਚਰ ਦੀ ਵਧੀਆ ਸਿਲੈਕਸ਼ਨ ਹੀ ਉਹਨਾਂ ਦੀ ਕਾਮਯਾਬੀ ਦਾ ਰਾਜ਼ ਹੈ। ਇੱਥੇ ਤੁਹਾਨੂੰ ਹਰ ਮੇਜਰ ਬ੍ਰਾਂਡ ਦਾ ਫਰਨੀਚਰ ਮਿਲੇਗਾ, ਜਿਨ੍ਹਾਂ ਵਿੱਚ ਐਸ਼ਲੇ, ਸੀਲੀ, ਸਰਟਾ ਐਂਡ ਅਕੇਸ਼ੀਆ ਸ਼ਾਮਿਲ ਹਨ। ਸੰਦੀਪ ਫਰਨੀਚਰ ਕੋਲ ਤੁਹਾਨੂੰ ਮਿਲੇਗਾ ਵੱਖਰੇ ਕਿਸਮ ਦਾ ਫਰਨੀਚਰ, ਕੈਨੇਡੀਅਨ ਮੇਡ ਸੋਫਾ, ਗਿਫਟ ਵੇਅਰ ਐਂਡ ਬੈਡਿੰਗ। ਸਾਡਾ ਸਟੋਰ ਹਫਤੇ ਦੇ 7 ਦਿਨ ਖੁੱਲ੍ਹਦਾ ਹੈ। ਸੰਦੀਪ ਫਰਨੀਚਰ, 9908 65th ਐਵਨਿਊ, ਐਡਮੰਟਨ। ਤੁਹਾਡੇ ਕਰਕੇ ਹੀ ਅਸੀਂ ਦੂਜੇ ਸਟੋਰਸ ਤੋਂ ਵੱਖਰੇ ਹਾਂ। The Punjab Meat Shop, Indian takeout sweets and catering services. ਪੰਜਾਬ ਮੀਟ ਸ਼ਾਪ ਤੋਂ ਹਰ ਤਰ੍ਹਾਂ ਦਾ ਤਾਜ਼ਾ ਮੀਟ, ਬਾਰਬਿਕਿਊ ਲਈ ਸਪੈਸ਼ਲ ਤੰਦੂਰੀ ਚਿਕਨ, ਲੈਮਨ ਗ੍ਰੀਕ, ਟੋਮੈਟੀਨੋ ਚਿਕਨ, ਅਚਾਰੀ ਚਿਕਨ, ਅਫਗਾਨੀ ਚਿਕਨ, ਲੈਮ ਸਟੇਕਸ ਅਤੇ ਤਾਜ਼ਾ ਬੱਕਰੇ ਦਾ ਮੀਟ ਲੈ ਸਕਦੇ ਹੋ। ਲਾਜਵਾਬ ਮੱਛੀ ਦੇ ਪਕੌੜੇ, ਤੰਦੂਰੀ ਮੱਛੀ, ਚਿਕਨ ਅਤੇ ਗੋਟ ਦੇ ਅਚਾਰ ਦਾ ਆਨੰਦ ਮਾਣੋ। ਹਰ ਪ੍ਰਕਾਰ ਦੀਆਂ ਤਾਜ਼ਾ ਮਠਿਆਈਆਂ ਅਤੇ ਸਨੈਕਸ ਵੀ ਮਿਲਦੇ ਹਨ। 50 ਤੋਂ ਲੈ ਕੇ 700 ਤੱਕ ਬੰਦਿਆਂ ਦੀ ਕੇਟਰਿੰਗ ਦਾ ਵੀ ਪ੍ਰਬੰਧ ਹੈ। 2710 48 ਸਟਰੀਟ ਤੇ ਫੋਨ ਨੰਬਰ 7804621881। ਦ ਪੰਜਾਬ ਮੀਟ ਸ਼ਾਪ। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰੋਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਤੇ ਸਿਆਣੇ ਬਰਿਸਟਰ ਅਤੇ ਸੋਲਿਸਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤੇ ਵੀ ਆਰ ਆਲਵੇਜ਼ ਐਟ ਯੋਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 7804664660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟੀਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾਅ ਆਫਿਸ। ਭਾਜੀ, ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। ਆਰ ਯੂ ਸੈਟੀਸਫਾਈਡ ਨਾਓ? ਇਟਸ ਮੋਰ ਦੈਨ ਇਨਫ ਕਪਿਲ ਜੀ, ਯੂ ਆਰ ਦ ਬੈਸਟ। ਥੈਂਕ ਯੂ ਕਪਿਲ ਸਾਹਿਬ, ਤੁਸੀਂ ਤੇ ਕਮਾਲ ਕਰਦੇ ਹੋ। ਥੈਂਕ ਯੂ, ਥੈਂਕ ਯੂ ਵੈਰੀ ਮਚ, ਯੂ ਆਰ ਵਨ ਆਫ ਦ ਬੈਸਟ ਅਕਾਊਂਟੈਂਟਸ ਆਈ ਹੈਵ ਫਾਊਂਡ। KP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਦਾ ਨਵਾਂ ਪਤਾ ਹੈ 9218 34th ਐਵਨਿਊ ਤੇ ਫੋਨ ਨੰਬਰ 7804692677। ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੁੰਦਾ ਹੈ ਸਾਡੇ ਸੈਗਮੈਂਟ ਵਤਨ ਡਾਇਰੀ ਦਾ। ਕੌਂਸਲਰ ਜਨਰਲ ਆਫ ਇੰਡੀਆ ਵੈਨਕੂਵਰ ਤੋਂ ਇੱਕ ਵਿਸ਼ੇਸ਼ ਟੀਮ ਹੈ ਐਡਮਿੰਟਨ ਦੇ ਵਿੱਚ ਆਈ ਹੈ, ਜੋ ਇੱਥੇ ਲੋਕ ਰਹਿ ਰਹੇ ਨੇ ਉਹਨਾਂ ਦੇ ਲਾਈਫ ਸਰਟੀਫਿਕੇਟ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਾਸਤੇ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਪੈਨਸ਼ਨ ਲੈ ਰਹੇ ਨੇ, ਉਹਨਾਂ ਇੱਥੋਂ ਸਰਟੀਫਿਕੇਟ ਭੇਜਣਾ ਪੈਂਦੇ ਆ ਲਾਈਫ ਸਰਟੀਫਿਕੇਟ, ਉਹਨਾਂ ਨੂੰ ਸਰਟੀਫਾਈਡ ਕਰਨ ਵਾਸਤੇ ਅਤੇ ਕੌਂਸਲਰ ਜਨਰਲ ਦੇ ਨਾਲ ਹੋਰ
ਜੋ ਵੀ ਸੰਬੰਧਿਤ ਸੇਵਾਵਾਂ ਨੇ ਉਹ ਅੱਜ ਇੱਥੇ ਕੌਂਸਲ ਸੁਸਾਇਟੀ ਆਫ ਇੰਡੀਆ ਦੇ ਸਹਿਯੋਗ ਦੇ ਨਾਲ ਮਿਲਵਰਜ ਕਲਚਰ ਸੁਸਾਇਟੀ ਵਿੱਚ ਕੈਂਪ ਲਾਇਆ ਗਿਆ, ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪਹੁੰਚ ਕੇ ਲੋਕਾਂ ਨੇ ਇਸ ਸਹੂਲਤ ਦਾ ਫਾਇਦਾ ਲਿਆ ਅਤੇ ਆਪਣੇ ਸਰਟੀਫਿਕੇਟ ਬਣਾਏ ਆ, ਅਤੇ ਲੋਕ ਇਸ ਬਾਰੇ ਕੀ ਕਹਿ ਰਹੇ ਹਨ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਅੱਜ ਦੀ ਸਰਵਿਸ ਸੀਗੀਆਂ ਉਹ ਸਿਰਫ ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਲਾਈਫ ਸਰਟੀਫਿਕੇਟ ਅਟੈਸਟੇਸ਼ਨ ਦੀ ਸੀਗੀ, ਅਤੇ ਇਸ ਤੋਂ ਇਲਾਵਾ ਉਹਨਾਂ ਨੇ ਕੋਈ ਸਰਵਿਸ ਨਹੀਂ ਦਿੱਤੀ ਕਿਉਂਕਿ ਉਹ ਆਈ ਇਸ ਪਰਪਸ ਵਾਸਤੇ ਸੀਗੇ ਸਿਰਫ ਜਿਹੜਾ ਹੈਗਾ ਆਪਣੇ ਲਾਈਫ ਸਰਟੀਫਿਕੇਟਸ ਟੈਸਟ ਕਰਨ ਵਾਸਤੇ। ਅਤੇ ਤਕਰੀਬਨ ਹੁਣ ਤੱਕ 200-250 ਬੰਦਾ ਜਿਹੜਾ ਹੈਗਾ ਆਪਣੇ ਸਰਟੀਫਿਕੇਟ ਟੈਸਟ ਕਰਾ ਕੇ ਲੈ ਗਿਆ, ਅਤੇ ਸਾਨੂੰ ਉਮੀਦ ਹੈ ਕਿ ਹਾਲੇ ਵੀ 50-60 ਬੰਦੇ ਹੋਰ ਆਉਣਗੇ। ਟਾਈਮ 3 ਵਜੇ ਤੱਕ ਦਾ, ਹਾਲੇ 1 ਵਜੇ 2 ਘੰਟੇ ਹੈਗੇ ਨੇ, 2 ਘੰਟੇ ਪੂਰੀ ਸਰਵਿਸ ਹੋਰ ਦੇਣਗੇ। ਇਹ ਬਹੁਤ ਅੱਛੀ ਤਰ੍ਹਾਂ ਇਹਨਾਂ ਨੇ ਔਰਗਨਾਈਜ਼ ਕੀਤਾ, ਬੜਾ ਸਿਸਟਮੈਟਿਕ ਹੈਗਾ। ਜਿਹੜੀ ਫੈਸਿਲਿਟੀਜ਼ ਇਹਨਾਂ ਨੇ ਦਿੱਤੀਆਂ ਨੇ ਆ ਕੇ ਬੈਠਣ ਲਈ, ਟੇਬਲਸ ਦਿੱਤੇ ਨੇ, ਜਿਹੜੇ ਬੰਦੇ ਫੋਰਮ ਨਹੀਂ ਭਰ ਸਕਦੇ ਉਹਨਾਂ ਲਈ ਵੋਲੰਟੀਅਰਸ ਇਕੱਠੇ ਕੀਤੇ ਨੇ। ਦੇ ਆਰ ਵੈਰੀ ਪੋਲਾਈਟ, ਅਤੇ ਸਾਰੇ ਜਾਣਦੇ ਨੇ ਕਿ ਕੰਮ ਕਿੱਦਾਂ ਕਰਨਾ। ਸੋ ਮੈਨੂੰ ਤਾਂ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ, ਥਿੰਗਸ ਵੈਂਟ ਸਮੂਥਲੀ, ਵੈਰੀ ਕੁਇਕਲੀ। ਮੇਰੇ ਫਾਦਰ ਹੈਗੇ ਨੇ ਹੂ ਇਜ਼ ਆਲਮੋਸਟ 90, ਅਤੇ ਉਹ ਉੱਠ ਕੇ ਉੱਥੇ ਟੇਬਲ ਤੱਕ ਨਹੀਂ ਜਾ ਸਕਦੇ ਸੀ, ਅਤੇ ਅਫੀਸ਼ੀਅਲਸ ਆਏ ਇੱਥੇ, ਉਹਨਾਂ ਨੇ ਉਹਨਾਂ ਨੂੰ ਵੈਰੀਫਾਈ ਕੀਤਾ, ਸਿਗਨੇਚਰਸ ਇੱਥੇ ਹੀ ਲੈ ਲਏ। ਸੋ ਦੈਟਸ ਅ ਕਾਇੰਡ ਆਫ ਸਰਵਿਸ ਵੀ ਲੁੱਕ ਫੋਰ। ਸੋ ਮੈਨੂੰ ਲੱਗਦਾ ਬੜਾ ਅੱਛਾ ਕੰਮ ਕੀਤਾ ਇਹਨਾਂ ਨੇ। ਜਿਹੜੀ ਸਰਵਿਸ ਹੈ ਸਿਰਫ ਲਾਈਫ ਸਰਟੀਫਿਕੇਟ ਲਈ ਆ, ਕਿਉਂਕਿ ਜਿਹੜੇ ਲਾਈਫ ਸਰਟੀਫਿਕੇਟ ਹੈ ਇਹ ਕੌਂਸੂਲੇਟ ਫਰੀ ਆਫ ਚਾਰਜ ਸਾਈਨ ਕਰਦਾ। ਜੇਕਰ ਇਹਨਾਂ ਨੂੰ ਵੈਨਕੂਵਰ ਭੇਜਿਆ ਜਾਂਦਾ ਤਾਂ ਫਿਰ ਉਹਨਾਂ ਨੂੰ ਇਹ ਕੋਸਟ ਕਰਦਾ ਅਬਾਊਟ $30-40। ਸੋ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਉਹਦਾ, ਔਰ ਜਿਹੜਾ ਕੌਂਸੂਲੇਟ ਇੱਥੇ ਆਇਆ ਆ ਉਹਦਾ ਬਹੁਤ ਫਾਇਦਾ ਹੋਇਆ ਆਪਣੀ ਕਮਿਊਨਿਟੀ ਨੂੰ ਔਰ ਇੱਕ ਸਰਵਿਸਮੈਨ ਨੂੰ ਖਾਸ ਕਰਕੇ। ਅੱਜ ਦੇ ਜੋ ਇੱਥੇ ਕੈਂਪ ਲੱਗ ਰਿਹਾ ਸੋਸਾਇਟੀ ਫਾਰ ਰਿਟਾਇਰਡ ਐਂਡ ਸੈਮੀ ਮਿਲਵਰ ਸੋਸਾਇਟੀ ਫਾਰ ਰਿਟਾਇਰਡ ਐਂਡ ਸੈਮੀ ਰਿਟਾਇਰਡ, ਉਹਨਾਂ ਦੇ ਪ੍ਰਧਾਨ ਸਰਦਾਰ ਜੋਰਾ ਸਿੰਘ ਜੀ ਚੱਜ, ਜੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਕੌਂਸਲੇਟ ਕੈਂਪ ਇੱਥੇ ਔਰਗਨਾਈਜ਼ ਕਰ ਰਹੇ ਆ। ਇਹ ਕੈਂਪ ਅਸੀਂ ਅੱਜ ਤੋਂ ਲਗਭਗ 10 ਸਾਲ ਪਹਿਲਾਂ ਸਟਾਰਟ ਕੀਤਾ ਸੀਗਾ, ਔਰ ਵੈਨਕੂਵਰ ਤੋਂ ਕੌਂਸਲੇਟ ਆ ਕੇ ਇੱਥੇ ਕੌਂਸਲੇਟ ਸਰਵਿਸਿਜ਼ ਸਾਡੇ ਘਰ ਆ ਕੇ ਸਾਨੂੰ ਪ੍ਰੋਵਾਈਡ ਕਰਦੇ ਆ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਸੋਸਾਇਟੀ ਇਹ ਸਰਵਿਸਿਜ਼ ਨੂੰ ਇੱਥੇ ਰਨ ਕਰਦੀ ਆ। ਮੇਰੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ, ਉਹਨਾਂ ਦੇ ਜੋ ਪ੍ਰਧਾਨ ਹੈਗੇ ਸਰਦਾਰ ਜੋਰਾ ਸਿੰਘ ਜੀ ਚੱਜ, ਉਹਨਾਂ ਨੂੰ ਵੀ, ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ, ਜੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨੂੰ ਰਨ ਕਰ ਰਹੇ ਆ। ਥੈਂਕ ਯੂ। ਨਮਸਕਾਰ ਸਭੀ ਭਾਰਤੀਯ ਵਾਸੀਓ ਕੋ, ਹਮਾਰਾ ਇੰਡੀਅਨ ਕੌਂਸੂਲੇਟ ਕੀ ਤਰਫ ਸੇ ਸਭ ਕੋ ਨਮਸਕਾਰ। ਹਮ ਜੋ ਯਹਾਂ ਪਰ ਆਏ ਹੋਏ ਹੈ ਸਭ ਲੋਕ, ਆਪ ਮਿਲਵੁੱਡ ਕਲਚਰ ਸੋਸਾਇਟੀ ਕਾ ਹਮ ਬਹੁਤ ਬੜਾ ਇਸਮੇ ਯੋਗਦਾਨ ਰਹਾ ਹੈ। ਮਿਸਟਰ ਜੋਰਾ ਸਿੰਘ ਪ੍ਰੈਜ਼ੀਡੈਂਟ, ਜਿਨ੍ਹੋਂਨੇ ਇਸ ਸੋਸਾਇਟੀ ਮੇਂ ਲੋਕੋਂ ਕੋ ਇਕੱਤਰ ਕਰਨੇ ਕਾ ਬਹੁਤ ਬੜਾ ਕਾਮ ਕੀਆ ਹੈ। ਯਹਾਂ ਆਨੇ ਕਾ ਹਮਾਰਾ ਜੋ ਮੇਨ ਪਰਪਸ ਹੈ ਕਿ ਯਹਾਂ ਜਿਤਨੇ ਪੈਨਸ਼ਨਰਸ ਹੈ ਇਸਕੀ ਸੁਵਿਧਾ ਕਾ ਲਾਭ ਉਠਾ ਸਕੇਂ। ਲਾਸਟ ਈਅਰ ਵੀ ਜੈਸੇ ਹਮ ਆਏ ਥੇ, ਕਰੀਬ ਕਰੀਬ 175 ਕੇ ਕਰੀਬ ਲੋਕ ਯਹਾਂ ਪਰ ਸੁਵਿਧਾ ਕਾ ਲਾਭ ਉਠਾਇਆ। ਇਸ ਵਾਰ ਵੀ ਮੋਰ ਦੈਨ 200 ਸੇ ਜ਼ਿਆਦਾ ਤੋਂ ਹੋ ਚੁੱਕੇ ਹੈ ਅਭੀ ਤੱਕ, ਇਸ ਮੇਂ ਲੋਕ ਆ ਚੁੱਕੇ ਹੈ ਔਰ ਆਪਣੀ ਸੁਵਿਧਾਓਂ ਕਾ ਲਾਭ ਉਠਾ ਚੁੱਕੇ ਹੈ। ਹਮ ਚਾਹਤੇ ਹੈ ਕਿ ਜਿਤਨੇ ਵੀ ਪੈਨਸ਼ਨਰਸ ਹੈ ਜ਼ਿਆਦਾ ਸੇ ਜ਼ਿਆਦਾ ਆਏ ਔਰ ਹਮ ਉਨਕੋ ਲਾਭ ਦੇ ਸਕੇਂ। ਇਸਕੇ ਇਲਾਵਾ ਜੋ ਹਮ ਯਹਾਂ ਪਰ ਸੁਵਿਧਾ ਦੇ ਰਹੇ ਹੈ ਲੋਕੋਂ ਕੋ, ਉਸਮੇਂ ਜਿਤਨੇ ਯੇ ਸੀਨੀਅਰਸ ਹੈ ਜੋ ਚੱਲ ਨਹੀਂ ਸਕਤੇ, ਵੀਲ ਚੇਅਰ ਪਰ ਹੈ, ਉਨਕੇ ਲਈ ਵੀ ਹਮਾਰੇ ਕੁਲੀਗ ਮਿਸਟਰ ਵਿਜੇ ਕੁਮਾਰ ਜੀ ਅਭੀ ਹੋਸਪਿਟਲ ਸੇ ਉਹ ਵੀ ਦੇਖ ਕਰਕੇ ਆਏ ਹੈ ਗਏ ਹੈ, ਔਰ ਯਹਾਂ ਪਰ ਹਮ ਬੈਠ ਕਰਕੇ ਹਮਾਰੀ ਮੈਡਮ ਆਭਾ ਗੁਸਾਈ ਜੀ, ਜੋ ਫਟਾਫਟ ਹਮ ਲੋਕੋਂ ਕੋ ਜਿਸੇ ਕੋਈ ਅਸੁਵਿਧਾ ਨਾ ਹੋਣੇ ਪਾਏ, ਕੋਸ਼ਿਸ਼ ਕੀ ਗਈ ਹੈ ਕਿ ਨਿਪਟਾਏ ਹਮ ਜਲਦੀ ਸੇ ਜਲਦੀ। ਇਸਕੇ ਇਲਾਵਾ ਹਮ ਜੋ ਵੈਸੇ ਆਪਕੋ ਬਤਾ ਸਕਤੇ ਹੈ ਕਿ ਇੰਡੀਅਨ ਕੌਂਸੂਲੇਟ ਮੇਂ ਆਜ ਕੇ ਸੀਜ਼ਨ ਮੇਂ ਜੋ ਪੀਕ ਸੀਜ਼ਨ ਚੱਲ ਰਹਾ ਹੈ, ਹਮ ਮੋਰ ਦੈਨ 500 ਵੀਜ਼ਾ ਡੇਲੀ ਇਸ਼ੂ ਕਰਤੇ ਹੈ। ਅਰਾਊਂਡ 100 ਕੇ ਕਰੀਬ ਹਮ ਪਾਸਪੋਰਟ ਇਸ਼ੂ ਕਰਤੇ ਹੈ, OCI ਹੈ ਉਹ ਵੀ 100 ਕੇ ਕਰੀਬ ਜਾ ਰਹੇ ਹੈ ਲੋਕੋਂ ਕੋ। ਇਸਕੇ ਇਲਾਵਾ ਅਦਰ ਸਰਵਿਸਿਜ਼ ਅਟੈਸਟੇਸ਼ਨਸ ਹੈ, ਜਿਨ ਸੁਵਿਧਾਓਂ ਕੋ ਹਮ ਤੁਰੰਤ ਡੇਲੀ ਬੇਸਿਸ ਪਰ ਕਲੀਅਰ ਕਰ ਰਹੇ ਹੈ। ਜੇ ਪੀਕ ਸੀਜ਼ਨ ਹੈ, ਹਮ ਚਾਹਤੇ ਹੈ ਲੋਕ ਹਮਾਰੇ ਜਿਤਨੇ ਵੀ ਭਾਰਤੀਏ ਲੋਕ ਹੈ ਯਹਾਂ ਪਰ ਇਸ ਸੁਵਿਧਾ ਕਾ ਲਾਭ ਉਠਾਏ, ਔਰ ਅਗਰ ਕਿਸੀ ਕੋ ਇਸਕੇ ਇਲਾਵਾ ਵੀ ਕੋਈ ਪਰੇਸ਼ਾਨੀ ਹੈ ਤੋ ਹਮਸੇ ਕੰਸਲਟ ਕਰ ਸਕਤੇ ਹੈਂ। ਐਨੁਅਲ ਕੈਂਪ, ਕੌਂਸਲਰ ਕੈਂਪ ਕਰ ਰਹੇ ਹੈ ਹਮ ਲੋਕ, ਕੌਂਸਲ ਆਫ ਇੰਡੀਆ ਸੋਸਾਇਟੀਜ਼ ਆਫ ਐਡਮਿੰਟਨ ਔਰ ਮਿਲਵੁੱਡ ਸੀਨੀਅਰ ਸੋਸਾਇਟੀ ਸੇਮੀ ਰਿਟਾਇਰਡ ਕੇ ਸੌਜਨਿਆ ਸੇ ਯੇ ਕੈਂਪ ਕਰ ਰਹੇ ਹੈ। ਆਪ ਦੇਖ ਰਹੇ ਹੈ ਕਿ ਲਗਭਗ ਅਰਾਊਂਡ 300 ਲੋਕ ਆਜ ਇਸ ਸੁਵਿਧਾ ਕਾ ਲਾਭ ਉਠਾਏ ਇਨ ਲੋਕੋਂ ਨੇ, ਔਰ ਵਤਨ ਟੀਵੀ ਕੋ ਸ਼ੁਕਰੀਆ ਅਦਾ ਕਰਨਾ ਚਾਹੇਂਗੇ ਕਿ ਇਸ ਕਵਰੇਜ ਕੋ ਕਿ ਔਰ ਲੋਕੋਂ ਤੱਕ ਪਹੁੰਚਾਏ, ਔਰ ਚਾਹੇਂਗੇ ਕਿ ਹਮ ਇਸ ਯੇ continue karein aur aapka support hum logo ko milta rahe. We are having a attestation of life certificates over here at Millwood Senior Service Center. They are providing an excellent service, and I would like to thank on behalf of Council of India Societies. They're doing a wonderful job, and the volunteers are extremely helpful, and hope
for next year and following year, they would keep on taking care of us. ਅਲਬਰਟਾ ਦੇ BC ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਫੈਂਟਾਨਲ ਡਰੱਗ ਦਾ ਬਹੁਤ ਵੱਡੇ ਪੱਧਰ 'ਤੇ ਪ੍ਰਭਾਵ ਪੈ ਰਿਹਾ, ਜਿਸ ਦੇ ਨਾਲ ਹੁਣ ਤੱਕ ਦੋਨਾਂ ਪ੍ਰੋਵਿੰਸ ਦੇ ਵਿੱਚ ਅਲਬਰਟਾ ਦੇ BC ਦੇ ਵਿੱਚ 1000 ਤੋਂ ਵੱਧ ਆਦਮੀ ਇਸ ਡਰੱਗ ਦੇ ਨਾਲ ਉਹਨਾਂ ਦੀ ਮੌਤ ਹੋ ਚੁੱਕੀ ਆ ਅਤੇ ਹਰ ਰੋਜ਼ ਅਲਬਰਟਾ ਦੇ ਵਿੱਚ ਇੱਕ ਆਦਮੀ ਇਸ ਡਰੱਗ ਤੋਂ ਪ੍ਰਭਾਵਿਤ ਹੋ ਰਿਹਾ। ਅਵੇਅਰਨੈਸ ਦੇਣ ਵਾਸਤੇ ਐਡਮਿੰਟਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਦੇ ਵਿੱਚ ਲੋਕਾਂ ਨੂੰ ਇਹਦੀ ਜਾਣਕਾਰੀ ਦਿੱਤੀ ਗਈ ਕਿ ਇਸ ਡਰੱਗ ਦੇ ਕੀ ਲੱਛਣ ਨੇ, ਕਿਵੇਂ ਬਚਿਆ ਜਾ ਸਕਦਾ। ਸੈਮੀਨਾਰ ਦੇ ਵਿੱਚ ਸਿਰਫ ਅਸੀਂ ਇਹੀ ਇਨਫੋਰਮੇਸ਼ਨ ਦਿੱਤੀ ਆ ਵੀ ਇਹ ਜਿਹੜੀ ਡਰੱਗ ਆ ਇਹ ਕਿੰਨੀ ਕੁ ਪ੍ਰੀਵਲੈਂਟ ਹੈਗੀ ਆ ਅਲਬਰਟਾ ਅਤੇ BC ਦੇ ਵਿੱਚ, ਅਤੇ ਉਹਦੇ ਨਾਲ ਨਾਲ ਹੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਇਹ ਡਰੱਗ ਦਾ ਕਾਫੀ ਵਰਤੋਂ ਹੋ ਰਹੀ ਆ। ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਜਨਮ ਦਿਨ ਅਤੇ ਪ੍ਰਕਾਸ਼ ਦਿਹਾੜੇ 'ਤੇ ਬਹੁਤ ਬਹੁਤ ਮੁਬਾਰਕਾਂ। ਸੋ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਅਸੀਂ ਕੀ ਕਰ ਸਕਦੇ ਹਾਂ ਕਮਿਊਨਿਟੀ ਦੇ ਤੌਰ 'ਤੇ। ਗਿਆਨ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਾਲ ਹੀ ਨਾਲ ਪ੍ਰਵੈਂਸ਼ਨ ਕਰਨੀ ਬਹੁਤ ਜ਼ਰੂਰੀ ਹੈ, ਇਨਫੋਰਸਮੈਂਟ ਬਹੁਤ ਜ਼ਰੂਰੀ ਹੈ, ਇੰਟਰਵੈਂਸ਼ਨ ਬਹੁਤ ਜ਼ਰੂਰੀ ਹੈ। ਅਤੇ ਅੱਜ ਜੋ ਇਨਫੋਰਮੇਸ਼ਨ ਇਹਨਾਂ ਨੇ ਸਾਡੇ ਨਾਲ ਸਾਂਝੀ ਕਰਨੀ ਹੈ, ਇੱਕ ਇਹਨਾਂ ਦਾ ਬਹੁਤ ਵਧੀਆ ਵੱਡਾ ਉਪਰਾਲਾ ਹੈ। ਸੋ ਆਈ ਵਾਜ਼ ਵਾਂਟ ਟੂ ਕੰਗ੍ਰੈਚੁਲੇਟ ਆਲ ਦਾ ਪੀਪਲ ਹੂ ਆਰ ਹੀਅਰ। ਇਹ ਜਿਹੜਾ ਉਪਰਾਲਾ ਕੀਤਾ ਹੈ ਉਹਦਾ ਜਿਹੜਾ ਸਮੁੱਚਾ ਸਮਾਗਮ ਹੈ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਕੌਂਸਲ ਬੰਗਾ ਹੋਣ ਦੀ ਅਗਵਾਈ ਦੇ ਹੇਠ ਆਪਾਂ ਫੈਂਟਨਲ ਦਾ ਸੈਮੀਨਾਰ ਕੀਤਾ ਆ। ਇਹ ਜਿਹੜੀ ਆਪਣਾ ਯੂਥ ਆ ਉਹ ਇਸ ਨਸ਼ੇ ਤੋਂ ਬੜਾ ਹੀ ਬੁਰੀ ਤਰੀਕੇ ਨਾਲ ਪ੍ਰਭਾਵਿਤ ਆ। ਹੁਣ ਦੇਖੋ, ਇੱਕ ਤਾਂ ਮੌਤ ਨੈਚੁਰਲ ਆਉਣੀ ਅਤੇ ਇੱਕ ਆਪਾਂ ਮੌਤ ਖੁਦ ਬੁਲਾਉਣੀ ਹੈ ਜੀ, ਅਤੇ ਯੰਗ ਬੱਚੇ ਮਰ ਜਾਂਦੇ ਅਤੇ ਮਾਪਿਆਂ ਵਾਸਤੇ ਬਹੁਤ ਹੀ ਉਹ ਦੁਖਦਾਈ ਘਟਨਾ ਹੋ ਜਾਂਦੀ ਹੈ। ਅਤੇ ਇਸ ਨੂੰ ਰੋਕਣ ਲਈ ਲੋਕਾਂ ਨੂੰ ਜਾਣਕਾਰੀ ਦੇਣ ਦੀ ਲੋੜ ਆ। ਆਪਣੀ ਫੈਡਰਲ ਗਵਰਨਮੈਂਟ ਨੇ ਵੀ ਕਈ ਚੀਜ਼ਾਂ 'ਤੇ ਪਾਬੰਦੀ ਲਾਈ ਆ ਅਤੇ ਪ੍ਰੋਵਿੰਸ਼ਲ ਗਵਰਨਮੈਂਟ ਵੀ ਕੰਮ ਕਰ ਰਹੀ ਹੈ ਇਸ ਚੀਜ਼ 'ਤੇ। ਅਤੇ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਸਾਨੂੰ ਮੌਕਾ ਦਿੱਤਾ, ਅਤੇ ਆਪਣੇ ਨਾਲ ਸੰਘਾ ਸਾਹਿਬ ਹੈਗੇ, ਗਿੱਲ ਸਾਹਿਬ ਹੈਗੇ, ਕਾਉਂਸਲ ਕਹਿੰਦੇ ਸੀ ਆਪਣਾ ਐਨਸੀਸੀਓਲੋਜਿਸਟ ਐਟ ਦ ਗ੍ਰੇਨ ਐਂਡ ਚਲੋ ਕੋਈ ਮੇਰੇ ਕੋਲ ਆਉਂਦਾ ਸਰਜਰੀ ਵਾਸਤੇ ਅਤੇ ਮੈਂ ਸਰਜਰੀ ਨੂੰ ਕਿਸੇ ਨੂੰ ਸਲਾਹਣਾ ਜਿਹੜੀ ਦਵਾਈ ਮੈਂ ਯੂਜ ਕਰਦਾ ਹੈਗਾ ਇਸ ਫੈਂਟਨਲ, ਮਤਲਬ ਇਹ ਇੰਨੀ ਸਟਰੋਂਗ ਦਵਾਈ ਹੈਗੀ ਹੈ ਮੈਂ ਕਿਸੇ ਨੂੰ ਬੇਹੋਸ਼ ਕਰਨਾ ਸਰਜਰੀ ਵਾਸਤੇ, ਸੋ ਮਤਲਬ ਕਿਸੇ ਨੂੰ ਪਤਾ ਨਾ ਲੱਗੇ ਮੈਨੂੰ ਸਰਜਰੀ ਹੋਈ ਹੈ। ਗੁਰਪ੍ਰੀਤ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਕੌਂਸਲਰ ਮੋਹ ਬੰਗਾ ਅਤੇ ਸਾਡੀ ਐਡਮਿੰਟਨ ਪੁਲਿਸ ਸਰਵਿਸ ਅਤੇ ਹੋਰ ਮੈਡੀਕਲ ਪ੍ਰੋਫੈਸ਼ਨਲ ਜਿਹੜੇ ਇੱਥੇ ਆਏ ਸੀਗੇ ਫੈਂਟਨਲ ਦੇ ਬਾਰੇ ਗੱਲ ਕਰਨ ਵਾਸਤੇ, ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇੱਕ ਬੜੀ ਭਿਆਨਕ ਡਰੱਗ ਹੈ ਕਿ ਤੁਸੀਂ ਅਗਰ ਇਹਦਾ ਥੋੜ੍ਹਾ ਜਿਹਾ ਵੀ ਇਸਤੇਮਾਲ ਕਰ ਲੈਂਦੇ ਹੋ ਤੁਸੀਂ ਜ਼ਿੰਦਗੀ ਭਰ ਵਾਸਤੇ ਅਡਿਕਟ ਹੋ ਜਾਂਦੇ ਹੋ। ਅਤੇ ਇਹਦੇ ਨਾਲ ਜਿਹੜੀ ਫਰਟੈਲਿਟੀਜ਼ ਹੋ ਰਹੀਆਂ, ਜਿੰਨੀਆਂ ਮੌਤਾਂ ਕੈਨੇਡਾ ਦੇ ਵਿੱਚ ਅਤੇ ਨੌਰਥ ਅਮਰੀਕਾ ਦੇ ਵਿੱਚ ਹੋ ਰਹੀਆਂ ਨੇ, ਇਹ ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਬਹੁਤ ਚਿੰਤਿਤ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹਨਾਂ ਜਿਹੜਾ ਉਪਰਾਲਾ ਆ, ਬਹੁਤ ਵਧੀਆ ਕਿ ਇੱਥੇ ਗੁਰੂ ਘਰ ਦੇ ਵਿੱਚ ਆ ਕੇ ਸਾਰੀ ਸੰਗਤ ਨੂੰ ਇਹਨਾਂ ਨੇ ਅਵੇਅਰ ਕੀਤਾ। ਅੱਜ ਜੋ ਉੱਦਮ ਕੀਤਾ ਗਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ, ਇਹ ਆਪਣੇ ਇੱਕ ਫਰਜ਼ ਨੂੰ ਪੂਰੇ ਕਰਦੇ ਹੋਏ, ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਫਰਜ਼ ਦਿੱਤਾ ਹੈ ਕਿ ਦੁਨੀਆ ਜਦੋਂ ਵੀ ਦੁਖਦਾਈ ਹੁੰਦੀ ਹੈ ਜਾਂ ਉਹ 'ਚ ਬਹੁਤ ਦੁੱਖ ਹੁੰਦਾ ਹੈ, ਉਹਦੀ ਹੱਲ ਲੱਭਣਾ, ਉਹਨੂੰ ਸਹਾਇਤਾ ਕਰਨੀ, ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਪੂਰਾ ਸਪਸ਼ਟ ਤੌਰ 'ਤੇ ਸਿੱਖਿਆ ਦਿੱਤੀ ਹੈ। ਆਪਣੇ ਫਰਜ਼ ਨੂੰ ਪੂਰਾ ਕਰਨ ਲਈ ਅਸੀਂ ਸਾਰੇ ਹੀ ਲੋਕਾਂ ਨੂੰ, ਇਹ ਖਾਸ ਕਰਕੇ ਸਿੱਖ ਲੋਕਾਂ ਨੂੰ, ਸਾਰੀ ਲੋਕਾਈ ਨੂੰ ਅਸੀਂ ਇਹ ਦੁਹਾਈ ਦਿੰਦੇ ਹਾਂ ਕਿ ਭਾਈ ਇਹ ਜੋ ਬਿਮਾਰੀ ਡਰੱਗ ਦੀ ਹੈ, ਖਾਸ ਕਰਕੇ ਫੈਂਟਨਲ ਦੀ, ਇਸ ਤੋਂ ਬਚਾਉਣ ਲਈ ਆਪਣੇ ਬੱਚਿਆਂ ਦਾ ਖਿਆਲ ਰੱਖੋ ਔਰ ਤੁਸੀਂ ਆਪ ਵੀ ਖੁਦ ਆਪਣੇ ਆਪ ਨੂੰ ਰੱਖੋ, ਇਹ ਤੋਂ ਦੂਰ ਬਚੋ, ਕਿਉਂਕਿ ਇੱਕ ਐਸੀ ਇਹ ਬਹੁਤ ਹੀ ਦੁਖਦਾਇਕ ਗੱਲ ਹੁੰਦੀ ਹੈ ਜਦੋਂ ਕਿਸੇ ਦੀ ਵੀ ਮੌਤ ਹੁੰਦੀ ਹੈ, ਪਰ ਇਹ ਦਵਾਈ ਇੰਨੀ ਖਤਰਨਾਕ ਹੈ ਕਿ ਇਹ ਤੋਂ ਦੂਰ ਜਿੰਨਾ ਵੀ ਰਿਹਾ ਜਾਵੇ ਓਨਾ ਹੀ ਚੰਗਾ ਹੈਗਾ। ਸੋ ਅਸੀਂ ਇਹ ਹੋਕਾ ਦਿੰਦੇ ਹਾਂ ਸਾਰਿਆਂ ਨੂੰ, ਸਾਰੀ ਲੋਕਾਈ ਨੂੰ, ਕੋਈ ਵੀ ਕਮਿਊਨਿਟੀ ਦਾ ਕਿਸੇ ਦਾ ਵੀ ਹੋਵੇ, ਕਿ ਤੁਸੀਂ ਇਸ ਤੋਂ ਬਚੋ, ਕਿਉਂਕਿ ਇੱਕ ਸਮਾਜਿਕ ਬੁਰਾਈ ਬਹੁਤ ਹੀ ਬੁਰੀ ਤਰ੍ਹਾਂ ਫੈਲ ਰਹੀ ਹੈ ਸਾਡੇ ਬੱਚਿਆਂ 'ਚ ਖਾਸ ਕਰਕੇ, ਔਰ ਅਸੀਂ ਇਹੀ ਵਾਸਤਾ ਪਾਉਂਦੇ ਹਾਂ ਵੀ ਤੁਸੀਂ ਇਹ ਤੋਂ ਬਚਾਉਣ ਲਈ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖੋ, ਉਹਨਾਂ ਦੇ ਹਰ ਤਰ੍ਹਾਂ ਦੀ ਜੋ ਉਹਨਾਂ ਦੀ ਐਕਟੀਵਿਟੀ ਆ ਉਹ 'ਤੇ ਖਿਆਲ ਰੱਖੋ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਬੱਚਾ ਕਿੱਧਰ ਨੂੰ ਜਾ ਰਿਹਾ ਹੈਗਾ। ਉਸ ਨੂੰ ਬਚਾਉਣ ਲਈ ਜਿੱਥੇ ਹੁਣ ਧਾਰਮਿਕ ਸੰਸਥਾਵਾਂ ਅੱਗੇ ਆ ਰਹੀਆਂ ਨੇ ਔਰ ਪੁਲਿਸ ਅੱਗੇ ਆ ਰਹੀ ਹੈ ਸਾਰੇ, ਔਰ ਈਵਨ ਸਾਡੇ ਪੋਲੀਟੀਸ਼ੀਅਨਸ ਅੱਗੇ ਆ ਰਹੇ ਨੇ, ਉੱਥੇ ਸਾਡੇ ਆਪਣਾ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਤੋਂ ਬਚਣ ਲਈ ਆਪਣੇ ਬੱਚਿਆਂ ਦਾ ਖਿਆਲ ਰੱਖੀਏ, ਇਹੀ ਸਾਡੀ ਬੇਨਤੀ ਹੈ ਸਾਰਿਆਂ ਦੀ। ਲੋਕੀ ਇਸ ਤੇ ਲੱਗ ਜਾਂਦੇ ਹਨ ਮੁਖਤਲਿਫ ਵਜੂਹਾਂ ਨਾਲ, ਕਿਸੇ ਦਾ ਐਕਸੀਡੈਂਟ ਹੋਇਆ, ਕਿਸੇ ਦਾ ਆਪਰੇਸ਼ਨ ਹੋਇਆ, ਉਹਦੇ ਬਾਅਦ ਦਰਦ ਕੰਟਰੋਲ ਵਾਸਤੇ ਦਵਾਈਆਂ ਦਿੱਤੀਆਂ ਜਾਂਦੀਆਂ, ਅਕਸਰ ਘਰਾਂ 'ਚ ਅਗਰ ਵਾਲਦੈਨ ਕੋਲ ਦਵਾਈਆਂ ਉਹਨਾਂ ਨੂੰ ਦਿੱਤੀਆਂ ਗਈਆਂ, ਟੀਨ ਏਜ ਬੱਚੇ
ਉਹਨਾਂ ਨੇ ਟਰਾਈ ਕਰਨੀਆਂ ਅਤੇ ਉਹਦੇ ਬਾਅਦ ਕੀ ਹੁੰਦਾ ਇਹ ਦਵਾਈਆਂ ਬਹੁਤ ਇੰਪੋਰਟੈਂਟ ਹੈ ਜਾਂ ਬਹੁਤ ਹੀ ਕਹਿੰਦੇ ਨੇ ਸਟਰੋਂਗ ਹੈਗੀਆਂ ਉਹਨਾਂ ਦਾ ਬ੍ਰੇਨ ਇਸ 'ਤੇ ਡਿਪੈਂਡ ਹੋ ਜਾਂਦਾ ਕਿ ਇਤਨੀ ਸਖ਼ਤ ਉਹਨਾਂ ਨੂੰ ਨਸ਼ਾ ਲੱਗ ਜਾਂਦਾ ਕਿ ਫਿਰ ਉਹ ਇਹਨੂੰ ਅਗਰ ਛੱਡਣ ਤਾਂ ਸਖ਼ਤ ਤਕਲੀਫ ਹੁੰਦੀ ਹੈ ਟਿਪਿਕਲੀ ਵੈਨ ਦੇ ਫਾਲ ਟੂ ਦਾ ਗਰਾਊਂਡ ਔਰ ਦੇ ਡੋਂਟ ਦੇ ਆਰ ਨਾਟ ਵੇਕਿੰਗ ਅਪ ਔਰ ਦੇ ਆਰ ਸਿਟਿੰਗ ਇਨ ਅ ਚੇਅਰ ਐਂਡ ਦੇ ਸਟਾਰਟ ਟੂ ਫਾਲ ਅਸਲੀਪ What will happen is they turn this color, because they're not breathing, they will turn as blue as this jacket right here. When they stop breathing, really quickly that they will turn blue. If they're not breathing, you need to give them two breaths, the kiss of life, where you put your lips on theirs and you need to get someone to call 911, and right away you will get the police. Now, those people who supply what we might call less serious drugs, like marijuana, they're also supplying the harder drugs like heroin and cocaine and fentanyl. ਜੋ ਅਲਬਰਟਾ ਦੇ ਵਿੱਚ ਅਤੇ BC ਦੇ ਵਿੱਚ ਡਰੱਗ ਦਾ ਬਹੁਤ ਵੱਡਾ ਧੰਦਾ ਚੱਲ ਰਿਹਾ ਇਹਨੂੰ ਰੋਕਣ ਵਾਸਤੇ ਅਲਬਰਟਾ ਸਰਕਾਰ ਨੇ $3 million ਦਾ ਬਜਟ ਰੱਖਿਆ ਤਾਂ ਕਿ ਜੋ ਸਟਰੀਟਸ ਨੇ ਡਰੱਗ ਫਰੀ ਕੀਤੀਆਂ ਜਾਣ ਅਤੇ ਇੱਥੇ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਆ ਕਿ ਵੱਧ ਤੋਂ ਵੱਧ ਲੋਕ ਇਸ ਤੋਂ ਬਚ ਸਕਣ ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰਿਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ ਭਰੋਸੇਮੰਦ ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780-233-3100 ਜਾਂ ਫਿਰ ਵਿਜ਼ਿਟ harjeetsandhu.com ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ ਆ ਲਓ ਉਹਨਾਂ ਦਾ ਕਾਰਡ ਆਰ ਯੂ ਸੈਟੀਸਫਾਈਡ ਨਾਓ ਇਟਸ ਮੋਰ ਦੈਨ ਇਨਫ ਕਪਿਲ ਜੀ ਯੂ ਆਰ ਦ ਬੈਸਟ ਥੈਂਕ ਯੂ ਕਪਿਲ ਸਾਹਿਬ ਤੁਸੀਂ ਤੇ ਕਮਾਲ ਕਰਦੇ ਹੋ ਥੈਂਕ ਯੂ ਵੈਰੀ ਮਚ ਯੂ ਆਰ ਵਨ ਆਫ ਦ ਬੈਸਟ ਅਕਾਊਂਟੈਂਟਸ ਆਈ ਹੈਵ ਫਾਊਂਡ KP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਦਾ ਨਵਾਂ ਪਤਾ ਹੈ 9218 34th Avenue ਤੇ ਫੋਨ ਨੰਬਰ 780-469-2677 Looking for high-quality, fully customizable windows and doors for your next project? Come visit Durabilt Windows and Doors, where it's all about you. We value service, style, and innovation, and we'll work closely with you to help your vision come to life. With two convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabiltwindows.com. Edmonton ਸ਼ਹਿਰ ਵਿੱਚ ਵਿਆਹ ਸ਼ਾਦੀ ਬਰਥਡੇ ਪਾਰਟੀ ਜਾਂ ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਲਈ ਮਹਾਰਾਜਾ ਬੈਂਕਟ ਹਾਲ ਦਾ ਨਾਂ ਚੇਤੇ ਰੱਖੋ ਜਿੱਥੇ 100 ਤੋਂ ਲੈ ਕੇ 1000 ਬੰਦਿਆਂ ਤੱਕ ਦੀ ਪਾਰਟੀ ਦਾ ਸ਼ਾਨਦਾਰ ਪ੍ਰਬੰਧ ਹੈ ਫਰੈਂਡਲੀ ਸਰਵਿਸਿਜ਼ ਲਈ ਫੋਨ ਕਰੋ ਤਾਰਕ ਚੌਧਰੀ ਹੁਣਾਂ ਨੂੰ 780-695-7200 ਜਾਂ ਫੋਨ ਕਰੋ 780-496-9696 ਮਹਾਰਾਜਾ ਬੈਂਕ ਉਠਾਓ ਦ ਪੰਜਾਬ ਮੀਟ ਸ਼ਾਪ ਇੰਡੀਅਨ ਟੇਕ ਆਊਟ ਸਵੀਟਸ ਐਂਡ ਕੇਟਰਿੰਗ ਸਰਵਿਸਿਜ਼ ਪੰਜਾਬ ਮੀਟ ਸ਼ਾਪ ਤੋਂ ਹਰ ਤਰ੍ਹਾਂ ਦਾ ਤਾਜ਼ਾ ਮੀਟ ਬਾਰਬਿਕਿਊ ਲਈ ਸਪੈਸ਼ਲ ਤੰਦੂਰੀ ਚਿਕਨ ਲੈਮਨ ਗ੍ਰੀਕ ਟਮੈਟੀਨੋ ਚਿਕਨ ਅਚਾਰੀ ਚਿਕਨ ਅਫਗਾਨੀ ਚਿਕਨ ਲੈਮ ਸਟੇਕਸ ਅਤੇ ਤਾਜ਼ਾ ਬੱਕਰੇ ਦਾ ਮੀਟ ਲੈ ਸਕਦੇ ਹੋ ਲਾਜਵਾਬ ਮੱਛੀ ਦੇ ਪਕੌੜੇ ਤੰਦੂਰੀ ਮੱਛੀ ਚਿਕਨ ਅਤੇ ਗੋਟ ਦੇ ਅਚਾਰ ਦਾ ਆਨੰਦ ਮਾਣੋ ਹਰ ਪ੍ਰਕਾਰ ਦੀਆਂ ਤਾਜ਼ਾ ਮਠਿਆਈਆਂ ਅਤੇ ਸਨੈਕਸ ਵੀ ਮਿਲਦੇ ਹਨ 50 ਤੋਂ ਲੈ ਕੇ 700 ਤੱਕ ਬੰਦਿਆਂ ਦੀ ਕੇਟਰਿੰਗ ਦਾ ਵੀ ਪ੍ਰਬੰਧ ਹੈ 2710 48th Street ਤੇ ਫੋਨ ਨੰਬਰ 780-462-1881 ਦ ਪੰਜਾਬ ਮੀਟ ਸ਼ਾਪ ਚਿਹਰੇ ਉੱਤੇ ਕਿਸੇ ਵੀ ਤਰ੍ਹਾਂ ਦੇ ਦਾਗ ਜਾਂ ਛਾਈਆਂ ਨਾਲ ਪਰੇਸ਼ਾਨ ਹੋ ਤਾਂ ਡਾਕਟਰ ਨਰਪਿੰਦਰ ਹੰਸ ਨੂੰ ਮਿਲੋ ਡਾਕਟਰ ਹੰਸ ਜੋ ਕਿ ਸਕਿਨ ਕੇਅਰ ਲਈ ਕਈ ਸੇਵਾਵਾਂ ਪ੍ਰਦਾਨ ਕਰਦੇ ਹਨ ਜਿਵੇਂ ਕਿ ਬੋਟੌਕਸ ਐਕਨੀ ਥੈਰੇਪੀ ਬਲੂ ਯੂ ਵੈਸਕੂਲਰ ਐਂਡ ਪਿਗਮੈਂਟਡ ਲੇਸ਼ਨਸ ਲੇਜ਼ਰ ਹੇਅਰ ਰਿਮੂਵਲ ਥਰਮਾਸ਼ ਮਾਈਕਰੋ ਲੇਜ਼ਰ ਪੀਲਸ ਮੈਸੋਥੈਰੇਪੀ MD ਲੇਜ਼ਰ ਸਕਿਨ ਐਂਡ ਵੇਨ ਕਲੀਨਿਕ ਐਡਰੈਸ ਯੂਨਿਟ ਨੰਬਰ 201-728-91 Street ਸਾਊਥ ਵੈਸਟ ਐਡਮਿੰਟਨ ਫੋਨ ਨੰਬਰ 780-440-0556
ਦੋਸਤੋ ਤੁਸੀਂ ਵੇਖ ਰਹੇ ਹੋ ਵਤਨ ਟੀਵੀ ਪ੍ਰੋਗਰਾਮ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਸਾਡਾ ਸੈਗਮੈਂਟ ਹੈਲਥ ਇਜ਼ ਵੈਲਥ। ਅੱਜ ਇੱਕ ਹੋਰ ਟੌਪਿਕ ਲੈ ਕੇ ਹਾਜ਼ਰ ਹਾਂ, ਮੋਟਾਪਾ। ਮੋਟਾਪਾ ਇੱਕ ਬਿਮਾਰੀ ਵੀ ਹੈ ਅਤੇ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਮੋਟਾਪਾ ਕਿਉਂ ਹੁੰਦਾ, ਇਹਦੇ ਕੀ ਕਾਰਨ ਹੈ, ਕੀ ਇਲਾਜ ਹੈ? ਸਾਡੇ ਦਰਮਿਆਨ ਨੇ ਡਾਕਟਰ ਨਰਪਿੰਦਰ ਹੰਸ। ਡਾਕਟਰ ਹੰਸ, ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਆਓ ਅੱਜ ਗੱਲਬਾਤ ਕਰਦੇ ਹਾਂ ਮੋਟਾਪੇ ਬਾਰੇ। ਮੋਟਾਪਾ ਕਿਉਂ ਹੁੰਦਾ, ਇਹਦੀ ਰੋਕਥਾਮ ਕੀ ਹੈ, ਕੀ ਇਲਾਜ ਨੇ? ਥੈਂਕ ਯੂ ਵੈਰੀ ਮੱਚ। ਮੋਟਾਪਾ ਜਿਹੜਾ ਹੈਗਾ ਉਹ ਕਿਉਂ ਹੁੰਦਾ? ਆਈ ਥਿੰਕ ਜਿੰਨਾ ਕਈ ਵਾਰੀ ਜੈਨੈਟਿਕਸ ਹੁੰਦਾ, ਪਰ ਮੇਨ ਚੀਜ਼ ਆਪਾਂ ਜਿਹੜੀ ਕੀ ਖਾਂਦੇ ਹਾਂ। ਛੋਟੇ ਹੁੰਦਿਆਂ ਤੋਂ ਵੀ ਮੋਟਾਪਾ ਜਿਹੜਾ ਹੈਗਾ, ਅੱਜ ਕੱਲ੍ਹ ਤਾਂਹੀਓ ਜਦੋਂ ਬੱਚਿਆਂ ਦਾ ਭਾਰ ਵੱਧ ਜਾਂਦਾ ਤਾਂ ਹੈਲਥ ਕੇਅਰ ਨਰਸ ਜਿਹੜੀ ਹੈਗੀ ਹੈ ਬੱਚਿਆਂ ਨੂੰ ਇੱਥੇ ਭੇਜ ਦਿੰਦੀ ਹੈ ਕਿ ਇਹਦਾ ਬੱਚੇ ਦਾ ਭਾਰ ਵੱਧ ਰਿਹਾ ਤਾਂ ਤੁਸੀਂ ਜ਼ਰੂਰ ਇਹਦੀ ਇਹਨਾਂ ਨਾਲ ਗੱਲਬਾਤ ਕਰੋ। ਸੋ ਜਿਹੜਾ ਮੋਟਾਪਾ ਅਸੀਂ ਕਹਿੰਦੇ ਹਾਂ ਵੀ ਜਿਹੜਾ ਸ਼ੁਰੂ ਤੋਂ ਸ਼ੁਰੂ ਹੋ ਜਾਂਦਾ, ਅਤੇ ਜਿਨ੍ਹਾਂ ਦੀਆਂ ਮਾਮਸ ਨੂੰ ਡਾਇਬੀਟਸ, ਜੈਸਟੇਸ਼ਨਲ ਡਾਇਬੀਟਸ ਬਾਰੇ ਗੱਲ ਕੀਤੀ ਸੀ ਆਪਾਂ, ਜੈਸਟੇਸ਼ਨਲ ਡਾਇਬੀਟਸ ਹੁੰਦੀ ਹੈ ਉਹਨਾਂ ਦੇ ਬੱਚੇ ਵੀ ਜਿਹੜਾ ਹੈਗਾ ਉਹਨਾਂ ਨੂੰ ਮੋਟਾਪਾ ਜ਼ਿਆਦਾ ਹੁੰਦਾ। ਐਂਡ ਜੇ ਆਪਾਂ ਸ਼ੁਰੂ ਤੋਂ ਹੀ ਕੰਟਰੋਲ ਰੱਖੀਏ, ਅਗੇਨ ਲੈਸ ਬੈਲੈਂਸ ਡਾਇਟ ਬੇਸਿਕਲੀ, ਜਿਵੇਂ ਕਿ ਆਪਣੀ ਡਾਇਟੀਸ਼ਨ ਨੇ ਬਹੁਤ ਵਧੀਆ ਪ੍ਰੋਗਰਾਮ ਦੇਣਾ ਹੈਗਾ ਵੀ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਉਸ ਮੁਤਾਬਕ ਜੇ ਆਪਾਂ ਕੈਨੇਡਾ ਫੂਡ ਗਾਈਡਲਾਈਨਸ ਆਪਾਂ ਫੋਲੋ ਕਰੀਏ ਤਾਂ ਆਪਾਂ ਮੋਟਾਪੇ ਨੂੰ ਬਚਾ ਸਕਦੇ ਹਾਂ। ਅਤੇ ਆਪਾਂ ਨੂੰ ਇਹ ਮੋਟਾਪੇ ਨੂੰ ਬਚਾਉਣਾ ਬਚਪਨ ਤੋਂ ਹੀ ਸ਼ੁਰੂ ਕਰਨਾ ਪੈਣਾ। ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਬਚਪਨ ਤੋਂ ਹੀ ਸ਼ੁਰੂ ਕਰਨਾ ਪੈਣਾ, ਕਈ ਬੱਚੇ ਜ਼ਿਆਦਾ ਲੇਜ਼ੀ ਹੁੰਦੇ ਨੇ, ਖਾਈ ਤਾਂ ਜਾਂਦੇ ਨੇ ਕਿ ਉਹ, ਪਰ ਆਪਣੇ ਮਾਂ ਪਿਓ ਦੀ ਗੱਲ ਨਹੀਂ ਸੁਣਦੇ, ਐਕਸਰਸਾਈਜ਼ ਬਿਲਕੁਲ ਨਹੀਂ ਕਰਦੇ, ਬੈਠੇ ਰਹਿੰਦੇ, ਟੀ ਵੀ ਦੇਖਦੇ ਆ ਜਾਂ ਹੋਰ ਕੁਛ ਕਰਦੇ ਰਹਿੰਦੇ, ਐਕਸਰਸਾਈਜ਼ ਬਿਲਕੁਲ ਹੀ ਨਹੀਂ ਕਰਦੇ ਪਰ ਖਾਈ ਜ਼ਰੂਰ ਜਾਂਦੇ ਨੇ, ਉਹਨਾਂ ਬੱਚਿਆਂ ਵਾਸਤੇ ਕੀ ਹੈ ਕਿ ਉਹਨਾਂ ਨਾਲ ਉਹਨਾਂ ਦਾ ਕੀ ਇਲਾਜ ਕੀਤਾ ਜਾਵੇ? ਵੈਰੀ ਡਿਫੀਕਲਟ ਕੁਐਸਚਨ, ਪਰ ਉਹਨਾਂ ਨੂੰ ਆਪਾਂ ਜਦੋਂ ਤਾਂਹੀਓ ਮੈਂ ਚਾਹੁੰਦੀ ਹਾਂ ਵੀ ਇਹੀਆਂ ਚੀਜ਼ਾਂ ਸਕੂਲ ਵਿੱਚ ਸਿਖਾਈਆਂ ਜਾਣ, ਪੀਅਰ ਪ੍ਰੈਸ਼ਰ ਦੇ ਨਾਲ ਉਹ ਜ਼ਰੂਰ ਕਰਨਗੇ, ਕਿਉਂਕਿ ਮੋਟਾਪਾ ਉਹਨਾਂ ਨੂੰ ਜ਼ਿਆਦਾ ਮੈਂਟਲ ਹੈਲਥ ਪ੍ਰੋਬਲਮ ਦੇ ਸਕਦਾ ਲੇਟਰ ਔਨ। ਸੋ ਇਸ ਕਰਕੇ ਸਕੂਲਾਂ ਵਿੱਚ, ਐਂਡ ਨੋਟ ਓਨਲੀ ਦੈਟ, ਜੇ ਆਪਾਂ ਪੇਰੈਂਟਸ ਆਪਾਂ ਠੀਕ ਸ਼ੁਰੂ ਤੋਂ ਠੀਕ ਰੱਖੀਏ ਖਾਣਾ, ਆਪਾਂ ਕਹਿੰਦੇ ਚਲ ਕੋਈ ਨਾ ਇਹਨੂੰ ਮਿੱਠਾ ਦੁੱਧ ਪਿਆ ਦਿਓ, ਮਿੱਠਾ ਆਪਾਂ ਨੂੰ ਦੁੱਧ ਪਿਆਉਣ ਦੀ ਲੋੜ ਹੀ ਨਹੀਂ, ਕਿਉਂਕਿ ਮਿੱਠੇ 'ਚ ਤਾਂ ਆਲਰੇਡੀ ਅੱਧੀ ਖੰਡ ਹੈ ਅਤੇ ਥੋੜ੍ਹੀ ਜਿਹੀ ਪ੍ਰੋਟੀਨ ਹੈਗੀ ਹੈ, ਰਾਈਟ? ਸੋ ਆਪਾਂ ਨੂੰ ਜਿਹੜੀਆਂ ਹੈਗੀਆਂ ਪੁਰਾਣੀਆਂ ਹੈਬਿਟ ਜਿਹੜੀਆਂ ਘੱਟ ਕਰਨੀਆਂ ਚਾਹੀਦੀਆਂ, ਜਿਹੜੀਆਂ ਪੁਰਾਣੀਆਂ ਹੈਬਿਟਸ ਤੋਂ ਛੁਟਕਾਰਾ ਪਾਉਣਾ ਚਾਹੀਦਾ, ਰਾਈਟ? ਜਿਵੇਂ ਕਿ ਇੰਡੀਆ 'ਚ ਮਿੱਠਾ ਪਾ ਕੇ ਦੁੱਧ ਦੇ ਦੇਣਾ, ਮਿੱਠਾ ਪਾ ਕੇ ਸਾਰਾ ਕੁਝ ਖਾ ਲੈਣਾ, ਦਹੀਂ ਵੀ ਮਿੱਠਾ ਪਾ ਕੇ ਖਾਣਾ, ਸੋ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਮਿੱਠਾ ਜ਼ਰੂਰ ਛੱਡਣਾ ਪੈਣਾ ਹੈਗਾ। ਯਾ ਇਹ ਬੱਚਿਆਂ ਦਾ ਸਭ ਤੋਂ ਵੱਡਾ ਮੋਟਾਪੇ ਦਾ ਕਾਰਨ ਇਹ ਹੈ ਕਿ ਆਪਾਂ ਮਿੱਠਾ ਜ਼ਿਆਦਾ ਦਿੰਦੇ ਹਾਂ। ਅਤੇ ਦੂਜੀ ਗੱਲ ਹੈਗਾ ਵੀ ਆਪਾਂ ਚਿਕਨ ਨਗਟਸ, ਹੋਰ ਨਹੀਂ ਤਾਂ ਬੱਚੇ ਜਿਹੜੇ ਪਿੱਕੀ ਈਟਰਸ ਹੁੰਦੇ, ਆਪਾਂ ਕਹਿੰਦੇ ਵੀ ਚਲੋ ਜਿਹੜਾ ਕੁਛ ਖਾਂਦੇ ਆ ਉਹੀ ਖਾਣ, ਰੋਟੀ ਨਹੀਂ ਖਾਂਦੇ, ਆਪਾਂ ਕਹਿੰਦੇ ਚਲ ਚਿਕਨ ਨਗਟਸ ਹੀ ਖਾਈ ਚਲੋ। ਹੁਣ ਚਿਕਨ ਨਗਟਸ ਆ ਜਿਹੜੀਆਂ ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰਿਜ਼ਰਵੇਟਿਵਸ ਹੁੰਦੇ ਆ, ਜਿਹੜੀਆਂ ਕਿ ਕਦੋਂ ਦੀਆਂ ਬਣਾਈਆਂ ਹੁੰਦੀਆਂ, ਪਤਾ ਨਹੀਂ ਕਿਹੜੀ ਮਸ਼ੀਨ 'ਚ ਬਣਾਈਆਂ ਹੁੰਦੀਆਂ, ਤਾਂ ਜੋ ਵਧੀਆ ਸਵਾਦ ਲੱਗਣ, ਉਹਨਾਂ 'ਚ ਚੰਗਾ ਲੂਣ ਪਾਇਆ ਹੁੰਦਾ, ਬਹੁਤ ਜ਼ਿਆਦਾ ਕੈਮੀਕਲ ਪਾਏ ਹੁੰਦੇ ਆ, ਉਹ ਵੀ ਆਪਣੇ ਬੱਚਿਆਂ ਲਈ ਬਿਲਕੁਲ ਠੀਕ ਨਹੀਂ ਹੈਗੇ। ਸੋ ਜੇ ਆਪਾਂ ਚਿਕਨ ਘਰੇ ਬਣਾ ਕੇ ਦਈਏ, ਫਰੈਸ਼ ਬਣਾ ਕੇ ਦਈਏ, ਉਹ ਸਭ ਤੋਂ ਜ਼ਿਆਦਾ ਬੈਟਰ ਹੈ। ਸੋ ਇਹੋ ਜਿਹੀਆਂ ਆਈ ਥਿੰਕ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਬੱਚਿਆਂ ਨੂੰ ਈਟਿੰਗ ਹੈਬਿਟਸ ਆਪਾਂ ਸ਼ੁਰੂ ਤੋਂ ਹੀ ਕਰੀਏ, ਅਤੇ ਆਪਣੀਆਂ ਵੀ ਈਟਿੰਗ ਹੈਬਿਟਸ ਠੀਕ ਰੱਖੀਏ। ਜੇ ਆਪਾਂ 5 ਸਰਵਿੰਗਸ ਆਫ ਜਿਹੜੀਆਂ ਹੈਗੀਆਂ ਵੈਜੀਟੇਬਲਸ ਰੱਖੀਏ ਰੋਜ਼, ਅਤੇ ਘਰ 'ਚ ਸਾਰਿਆਂ ਦੀ ਆਦਤ ਪਾਈਏ, ਤਾਂ ਮੇਰਾ ਖਿਆਲ ਹੈ ਆਪਾਂ ਕਾਫੀ ਹੱਦ ਤੱਕ ਇਸ ਓਬੇਸਿਟੀ ਦਾ ਆਪਾਂ ਖਿਆਲ ਕਰ ਸਕਦੇ ਹਾਂ। ਬੱਚਿਆਂ ਵਾਸਤੇ ਤੁਸੀਂ ਦੱਸਿਆ ਵੀ ਠੀਕ ਹੈ, ਅਤੇ ਜਿਹੜੇ ਕਈ ਅਡਲਟਸ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ, ਉਹ ਰਿਕਵਰ ਹੋਣ ਦੇ ਵਿੱਚ ਆਉਂਦੀ ਹੋਈ ਨਹੀਂ ਬਿਲਕੁਲ, ਉਹ ਐਕਸਰਸਾਈਜ਼ ਵੀ ਕਰਦੇ ਨੇ ਅਤੇ ਬਹੁਤ ਕੁਛ ਕਰਨ ਦੀ ਕੋਸ਼ਿਸ਼ ਕਰਦੇ, ਪਰ ਮੋਟਾਪਾ ਘਟਣ ਦਾ ਨਾਂ ਹੀ ਨਹੀਂ ਲੈਂਦਾ, ਉਹਦਾ ਕੀ ਇਲਾਜ ਹੈ? ਉਹਦੇ ਕਾਰਨ ਕਈ ਹੋ ਸਕਦੇ ਆ, ਹੈ ਨਾ, ਲੈਕ ਆਫ ਸਲੀਪ। ਸੋ ਆਪਣੀ ਬਾਡੀ ਜਦੋਂ ਸਟ੍ਰੈਸ ਹੁੰਦੀ ਆਪਾਂ ਨੂੰ ਜ਼ਿਆਦਾ ਕੋਰਟੀਜ਼ੋਲ ਲੈਵਲ ਬਣਾਉਂਦੀ ਹੈ, ਅਤੇ ਉਹਦਾ ਆਪਣਾ ਭਾਰ ਨਹੀਂ ਘਟਦਾ ਹੈਗਾ, ਸੋ ਉਹਦੀ ਰਿਲੈਕਸੇਸ਼ਨ ਤਾਂਹੀਓ ਮੈਡੀਟੇਸ਼ਨ, ਯੋਗਾ, ਪਾਠ ਕਰਨਾ, ਇਹੋ ਜਿਹੀਆਂ ਚੀਜ਼ਾਂ ਜ਼ਰੂਰੀ ਹੈ। ਅਤੇ ਜਿਹੜਾ ਵੇਟ ਲੋਸ ਹੈਗਾ, ਦੈਟਸ 80% ਵਾਟ ਵੀ ਈਟ ਐਂਡ 20% ਇਜ਼ ਐਕਸਰਸਾਈਜ਼। ਸੋ ਜੇ ਆਪਾਂ ਭਾਰ ਘਟਾਉਣਾ ਚਾਹੁੰਦੇ ਹਾਂ, ਜੇ ਲੈਟਸ ਏ ਮੈਂ ਸਾਰੀ ਹਫ਼ਤਾ ਮੈਂ ਚੰਗੀ ਤਰ੍ਹਾਂ ਡਾਇਟ ਕੀਤੀ, ਐਕਸਰਸਾਈਜ਼ ਕੀਤੀ, ਪਰ ਮੈਂ ਪਾਰਟੀ 'ਤੇ ਚਲੀ ਗਈ, ਪਾਰਟੀ 'ਤੇ ਸਮੋਸਾ ਖਾ ਲਿਆ, ਗੁਲਾਬ ਜਾਮਣ ਖਾ ਲਿਆ ਜਾਂ ਕੁਛ ਖਾ ਲਿਆ, ਉੱਥੇ ਹੀ ਮੈਂ ਜਿਹੜਾ ਹੈਗਾ 3500 ਕੈਲੋਰੀਜ਼ ਲੈ ਲਈਆਂ, ਅਤੇ ਮੇਰਾ 1 ਪਾਊਂਡ ਭਾਰ ਉੱਥੇ ਹੀ ਵੱਧ ਗਿਆ। ਸੋ ਮੈਂ ਫਿਰ ਮੈਂ ਕਹਾਂ ਉਦੋਂ ਪਿੱਛੋਂ ਕਿ ਮੈਂ ਸਾਰੀ ਵੀ ਹਫ਼ਤਾ ਐਕਸਰਸਾਈਜ਼ ਕੀਤੀ ਐਂਡ ਸਾਰੀ ਹਫ਼ਤਾ ਮੈਂ ਠੀਕ ਖਾਧਾ, ਰਾਈਟ, ਮੈਨੂੰ ਇਹ ਕਿਉਂ ਨਹੀਂ ਫਰਕ ਪੈ ਰਿਹਾ? ਸੋ ਓਬਵੀਅਸਲੀ 1 ਡੇ ਆਰ ਅ ਵੀਕ ਆਈ ਐਮ ਡੂਇੰਗ ਨਾਟ ਡੂਇੰਗ ਰਾਈਟ ਥਿੰਗਸ। ਯਾ ਸੋ ਆਪਾਂ ਨੂੰ
ਇੱਕ ਇੱਕ ਚੀਜ਼ ਦਾ ਆਪਾਂ ਨੂੰ ਕੈਲੋਰੀ ਕਾਊਂਟਰ ਕਰਨ ਜਿਹੜਾ ਹੈਗਾ ਫੂਡ ਜਰਨਲਿੰਗ ਕਿ ਆਪਾਂ ਲਿਖੀਏ ਆਪਾਂ ਅੱਜ ਕੀ ਖਾਧਾ, ਜੇ ਆਪਾਂ ਉਹੀ ਕਰਨ ਲੱਗ ਜਾਈਏ ਨਾ ਈਵਨ ਉਹਦੇ ਨਾਲ ਫਰਕ ਪੈਂਦਾ। ਪਰ ਦੇਅਰ ਆਰ ਸਮ ਪੀਪਲ ਜਿਨ੍ਹਾਂ ਦਾ ਇੱਕ ਵਾਰੀ ਭਾਰ ਵੱਧ ਜਾਂਦਾ ਉਹ ਘਟਾਉਣਾ ਬਹੁਤ ਹੀ ਔਖਾ ਹੈ। ਕਈਆਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੁੰਦੀ ਹੈ, ਕਈਆਂ ਨੂੰ ਕੋਰਟੀਜ਼ੋਲ ਲੈਵਲ ਦੀ ਪ੍ਰੋਬਲਮ ਹੁੰਦੀ ਹੈ, ਐਂਡ ਕਈਆਂ ਦਾ ਮੈਟਾਬੋਲਿਜ਼ਮ ਵੀ ਬਹੁਤ ਲੋਅ ਹੁੰਦਾ। ਤੁਸੀਂ ਦੇਖੋਗੇ 10 ਬੱਚੇ ਬੈਠੇ ਹੋਣਗੇ ਐਂਡ 10 'ਚੋਂ 3 ਬੱਚੇ ਬਹੁਤ ਥੋੜ੍ਹਾ ਖਾਣਗੇ ਉਹ ਫਿਰ ਵੀ ਭਾਰੇ ਹੋਣਗੇ, ਯੂ ਨੋ। ਐਂਡ ਉਹਨਾਂ 'ਚੋਂ ਜਿਹੜੇ 7 ਹੈ ਉਹ ਜਿਹੜੇ ਹੈਗੇ ਉਹ ਜਿਹੜਾ ਕੁਛ ਮਰਜ਼ੀ ਖਾਇਆ ਜਾਂਦਾ ਉਹਨਾਂ ਦਾ ਭਾਰ ਨਹੀਂ ਵੱਧਦਾ। ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰਿਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780-233-3100 ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਿਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। ਆਰ ਯੂ ਸੈਟੀਸਫਾਈਡ ਨਾਓ? ਇਟਸ ਮੋਰ ਦੈਨ ਇਨਫ। ਕਪਿਲ ਜੀ, ਯੂ ਆਰ ਦ ਬੈਸਟ। ਥੈਂਕ ਯੂ ਕਪਿਲ ਸਾਹਿਬ, ਤੁਸੀਂ ਤੇ ਕਮਾਲ ਕਰਦੇ ਹੋ। ਥੈਂਕ ਯੂ। ਥੈਂਕ ਯੂ ਵੈਰੀ ਮਚ। ਯੂ ਆਰ ਵਨ ਆਫ ਦ ਬੈਸਟ ਅਕਾਊਂਟੈਂਟਸ ਆਈ ਹੈਵ ਫਾਊਂਡ। KP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਦਾ ਨਵਾਂ ਪਤਾ ਹੈ 9218 34th ਐਵੀਨਿਊ ਤੇ ਫੋਨ ਨੰਬਰ 780-469-2677। Looking for high-quality, fully customizable windows and doors for your next project? Come visit Durabilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabiltwindows.com. The Punjab Meat Shop, Indian takeout sweets and catering services. ਪੰਜਾਬ ਮੀਟ ਸ਼ਾਪ ਤੋਂ ਹਰ ਤਰ੍ਹਾਂ ਦਾ ਤਾਜ਼ਾ ਮੀਟ, ਬਾਰਬਿਕਿਊ ਲਈ ਸਪੈਸ਼ਲ ਤੰਦੂਰੀ ਚਿਕਨ, ਲੈਮਨ ਗ੍ਰੀਕ, ਟੋਮੈਟੀਨੋ ਚਿਕਨ, ਅਚਾਰੀ ਚਿਕਨ, ਅਫਗਾਨੀ ਚਿਕਨ, ਲੈਮ ਸਟੇਕਸ ਅਤੇ ਤਾਜ਼ਾ ਬੱਕਰੇ ਦਾ ਮੀਟ ਲੈ ਸਕਦੇ ਹੋ। ਲਾਜਵਾਬ ਮੱਛੀ ਦੇ ਪਕੌੜੇ, ਤੰਦੂਰੀ ਮੱਛੀ, ਚਿਕਨ ਅਤੇ ਗੋਟ ਦੇ ਅਚਾਰ ਦਾ ਆਨੰਦ ਮਾਣੋ। ਹਰ ਪ੍ਰਕਾਰ ਦੀਆਂ ਤਾਜ਼ਾ ਮਠਿਆਈਆਂ ਅਤੇ ਸਨੈਕਸ ਵੀ ਮਿਲਦੇ ਹਨ। 50 ਤੋਂ ਲੈ ਕੇ 700 ਤੱਕ ਬੰਦਿਆਂ ਦੀ ਕੇਟਰਿੰਗ ਦਾ ਵੀ ਪ੍ਰਬੰਧ ਹੈ। 2710 48th Street ਤੇ ਫੋਨ ਨੰਬਰ 780-462-1881। ਦ ਪੰਜਾਬ ਮੀਟ ਸ਼ਾਪ। ਤੇ ਦੋਸਤੋ, ਇਹ ਸੀ ਸਾਡਾ ਅੱਜ ਦਾ ਇਹ ਵਤਨ TV ਪ੍ਰੋਗਰਾਮ। ਅੱਜ ਦਾ ਇਹ ਪ੍ਰੋਗਰਾਮ ਕਿਵੇਂ ਲੱਗਾ, ਮੰਗਲ ਹਠੂਰ ਹੋਣਾ ਦੇ ਨਾਲ ਕੀਤੀ ਹੋਈ ਗੱਲਬਾਤ ਕਿਵੇਂ ਲੱਗੀ ਜ਼ਰੂਰ ਦੱਸਣਾ। ਸਾਡਾ ਫੋਨ ਨੰਬਰ 780-233-3100 ਤੇ ਈਮੇਲ ਐਡਰੈਸ vatantv@live.com। ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਉਦੋਂ ਤਾਈਂ ਤੁਹਾਡਾ ਸਾਡਾ ਸਾਰਿਆਂ ਦਾ ਹੀ ਰੱਬ ਰਾਖਾ। ਫਿਕਰਾਂ ਨੇ ਖਾ ਲਿਆ ਬਾਪੂ ਨੂੰ, ਘਰ ਵਿੱਚ ਨਾ ਕੋਈ ਕਮਾਊਆ, ਕੋਈ ਲੈ ਸਕਦਾ ਤਾਂ ਲੈ ਲੋ ਜੀ, ਸਾਡਾ ਸਾਰਾ ਪਿੰਡ ਬਕਾਊਆ, ਕੋਈ ਲੈ ਸਕਦਾ ਤਾਂ ਲੈ ਲੋ।